ਅਜ਼ਬਿਲਲਾ ਬਿਨੈ ਸ਼ੈਤਾਨ ਰਜੀਮ ਬਿਸਮਿਲ੍ਲਾ ਰਹਿਮਾਨ ਰਹੀਮ ਮੈਂ ਤੁਹਾਡਾ ਵੀਰ ਤੁਹਾਡਾ ਭਰਾ ਈਯੂਬ ਸਾਬਰ ਜਨੂੰਨ ਪਾਕਿਸਤਾਨ ਦੇ ਨਾਲ ਔਰ ਮੈਂ ਇਸ ਵਕਤ ਮੌਜੂਦ ਹਾਂ ਉਜਰਾ ਸ਼ਾਮਕੀਮ ਦੇ ਨਵਾਈ گاؤں ਆਪਣਾ ਬਹਿਲੋਲਪੁਰ ਤੇ ਵਿੱਚ ਤੇ ਸਾਡੇ ਨਾਲ ਬਹੁਤ ਹੀ ਇੱਕ ਇੰਪੋਰਟੈਂਟ ਸ਼ਖਸੀਅਤ ਜਨਾਬ ਸਰਦਾਰ ਮੁਹੰਮਦ ਬੂਟਾ ਡੋਗਰ ਸਾਡੇ ਨਾਲ ਮੌਜੂਦ ਨੇ ਇਹ ਪੀਟੀਆ ਦੇ ਬੜੇ ਵਰਕਰ ਨੇ ਬੜੇ ਜਿਆਲੇ ਨੇ ਸਾਡੇ ਨਾਲ ਮੌਜੂਦ ਨੇ ਅੱਜ ਇਹਨਾਂ ਨਾਲ ਸਿਆਸੀ ਬੇਸ ਤੇ ਕੁਝ ਗੱਲਾਂ ਕਰਾਂਗੇ ਅਸਲਾਮੁਅਲੈਕਮ ਸਰ ਵਾਅਲੈਕੁਮ ਅਸਲਾਮ ਜੀ अच्छा सर ऐसे ही ਜਿਹੜਾ ਸਾਡਾ ਪਹਿਲਾ ਸਵਾਲ ਏ ਉਹ ਹੈ ਕਿ ਤੁਸੀਂ ਇਮਰਾਨ ਖਾਨ ਦੇ ਨਾਲ ਬੜੀ ਮੁਹੱਬਤ ਕਰਦੇ ਹੋ ਬੜਾ ਪਿਆਰ ਰੱਖਦੇ ਹੋ ਤੁਸੀਂ ਅਦਰ ਵੀ ਤੁਹਾਡੇ ਸਾਹਮਣੇ ਆਪਸ਼ਨਸ ਮੌਜੂਦ ਨੇ ਇਸ ਇਲਾਵਾ ਕਿ ਜਮਾਤਾਂ ਮੌਜੂਦ ਨੇ ਇਹ ਖਾਸ ਵਜ੍ਹਾ ਕੀ ਏ ਕਿ ਤੁਸੀਂ ਇਮਰਾਨ ਖਾਨ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਇਮਰਾਨ ਖਾਨ ਨੂੰ ਪਸੰਦ ਕਰਨ ਦਾ ਸਿਰਫ ਇੱਕੋ ਹੀ ਵਜ੍ਹਾ ਹੈ ਜਨਾਬ ਇਹ ਇਮਾਨਦਾਰ ਆਦਮੀ ਔਰ ਹੈ ਐਜੂਕੇਟਿਡ ਬੰਦਾ ਹੈ ਔਰ ਇਹ ਸਮਝਦਾ ਹੈ ਕਿ ਪਾਕਿਸਤਾਨ ਨੂੰ ਕਿਵੇਂ ਚਲਾਇਆ ਜਾ ਸਕਦਾ ਹੈ ਬਾਕੀ ਜਿਹੜੇ ਸਸਦਾਂ ਨੇ ਇਹ ਤਾਂ ਹੋਏ ਬੇਲੀ ਖਾਵਣ ਪੀਣ ਨਾਲ ਹੈ ਆਪ ਦੀਆਂ ਤਿਆਰੀਆਂ ਲਾਉਣ ਨਾਲ ਹੈ ਉਹ ਕਿ ਸਿਵਿੰਦ ਨੇ ਮੇਰੀ ਉਮਰ ਮਾਸ਼ਾਅੱਲਾ 61 ਸਾਲ ਹੈ ਤੇ ਬੜਾ ਜਾਣਨਾ ਹੈ ਪੀਪਲਸ ਪਾਰਟੀ ਨੇ ਕਿਵੇਂ ਖਾਦਾ ਹੈ ਜ਼ਰਦਾਰੇ ਨੇ ਕਿਵੇਂ ਖਾਦਾ ਹੈ ਨਵਾਜ਼ ਸ਼ਰੀਫ ਨੇ ਕਿਵੇਂ ਖਾਦਾ ਹੈ ਉਹ ਆਪਦੀ ਮੰਨਦੇ ਵੀ ਨਹੀਂ ਉਹ ਬੇਟੀ ਉਹਨਾਂ ਦੀ ਮਰੀਮ ਨਵਾਜ਼ ਆਂਦੀ ਸੀ ਮੇਰੀ ਲੰਡਨ ਤੋਂ ਕਿਹਾ ਪਾਕਿਸਤਾਨ ਮੇਂ ਵੀ ਜਾਇਦਾਦ ਨਹੀਂ ਹੈ ਤੇ ਵੇਖੋ ਉਹ ਖਰਬਾਂ ਦੀ ਮਾਲਕ ਬਣੀ ਇਸ ਵਾਰ ਜੇ ਪਸੰਦ ਕਰਨਾ ਹੈ ਇਮਾਨਦਾਰ ਆਦਮੀ ਔਰ ਇਹਨੂੰ ਹਕੂਮਤ ਕਰਨ ਦਾ ਪਤਾ ਹੈ ਹਕੂਮਤ ਚ ਚਲਾਉਣ ਦਾ ਪਤਾ ਹੈ ਔਰ ਇਨਸ਼ਾਅੱਲਾ ਅਗਰ ਇਮਰਾਨ ਖਾਨ ਨੂੰ 5 ਸਾਲ ਅੱਲਾਹ ਪਾਕ ਕਰੇਗਾ 5 ਸਾਲ ਮਿਲਦੇ ਨੇ ਨੈਕਸਟ ਗਵਰਨਮੈਂਟ ਉਹਦੀ ਦੋ ਚਾਇਕ ਸਰੀਰਾਂ ਬੰਦੀ ਹੈ ਇਹ ਇਨਸ਼ਾਅੱਲਾ ਪਾਰਸ ਨੂੰ ਉੱਪਰ ਲਿਆ ਜਾਏਗਾ ਸਰ ਦੂਸਰੀ ਇੱਕ ਹੋਰ ਗੱਲ ਜਦੋਂ ਇੱਕ ਕੁਝ ਦਿਨ ਪਹਿਲੇ ਇਮਰਾਨ ਖਾਨ ਨਾਲ ਇੱਕ ਟ੍ਰੈਜੇਡੀ ਹੋਈ ਉਹਨੂੰ ਇਕਤਦਾਰ ਤੋਂ ਹਟਾਇਆ ਗਿਆ ਤੁਸੀਂ ਉਸ وجہ ਤੋਂ ਬੜਾ ਰੰਜੀਦਾ ਹੋਏ ਤੁਸੀਂ ਬੜਾ ਰੋ ਰਹੀ ਸੀ ਇੰਨਾ ਇੰਨੀ ਕਫੀਤ ਹਾਲਮ ਹੈ ਇਹ ਕੀ وجہ ਕੀ ਹੈ ਇਹ وجہ ਸਿਰਫ ਇਹ ਹੈ ਕਿ ਇਮਾਨਦਾਰ ਬੰਦਾ ਸੀ ਤੇ ਇਹਨੂੰ ਗੈਰ ਮੁਲਕੀ ਸਾਜ਼ਿਸ਼ ਦੀ وجہ ਨਾਲ ਇਹ ਰਜਿਮ ਚੇਂਜ ਕੀਤੀ ਗਈ ਤੇ ਇਥੋਂ ਦੇ ਜਿਹੜੇ ਮੀਰ জাফর ਤੇ ਮੀਰ ਸਾਦਕ ਤੇ ਮੀਰ ਕਾਜ਼ਮ ਸਨ ਉਹਨਾਂ ਨਾਲ ਮਲਾ ਕੇ ਇਹਦੇ ਖਿਲਾਫ ਸਜ਼ਾ ਕੀਤੀ ਗਈ ਜਬ ਕਿ ਇਹ ਹੋਣਾ ਨਹੀਂ ਚਾਹੀਦਾ ਸੀ ਬਾਕੀ ਇਹ ਜਿਹੜੇ ਇੱਕ ਮਕਤਦਰ ਅਧਾਰੇ ਨੇ ਉਹਨਾਂ ਨੂੰ ਵੀ ਮੇਰੇ ਕਾਗਜ਼ਾਂ 'ਚ ਸਪੋਰਟ ਇਮਰਾਨ ਨੂੰ ਕਰਨਾ ਚਾਹੀਦਾ ਪਤਾ ਨਹੀਂ ਉਹਨਾਂ ਨੇ ਜੇ ਕੀ ਆਇਆ ਉਹਨਾਂ ਨੇ ਕਿਉਂ ਸਪੋਰਟ ਕੀਤਾ ਇਸ ਮੀਰ জাফর ਮੀਰ জাফর ਕਾਸਮ ਵਗੈਰਾ ਨੂੰ ਇਹ ਨਹੀਂ ਹੋਣਾ ਜਿਸ ਵਾਸਤੇ ਮੈਂ ਦੰਜੀਦਾ ਹਾਂ ਕਿਉਂਕਿ ਮੈਨੂੰ ਦਿਲ ਹੀ ਪਿਆਰ ਹੈ ਇਮਰਾਨ ਆ ਕੇ ਇਮਰਾਨ ਇੱਕ ਹਨਸਤ ਆਦਮੀ ਇਮਾਨਦਾਰ ਤਰੇਨ ਆਦਮੀ ਸਰ ਇਸ ਤੋਂ ਪਹਿਲੇ ਕੁਝ ਮਤਲਬ ਜਦੋਂ ਇਮਰਾਨ ਖਾਨ ਨਾਲ ਟ੍ਰੈਜੇਡੀ ਹੋਈ ਤੇ ਕੁਝ ਲੋਕ ਇਹਦੇ ਵਿੱਚ ਸੇਲ ਆਊਟ ਹੋਏ ਜਿਨ੍ਹਾਂ ਨੂੰ ਲੋਟੇ ਦਾ ਖਿਤਾਬ ਦਿੱਤਾ ਗਿਆ ਤੁਸੀਂ ਇਮਰਾਨ ਖਾਨ ਨੂੰ ਨੈਕਸਟ ਜਿਹੜੇ ਆਪਣੀ ਸਿਲੈਕਸ਼ਨ ਨੇ ਉਹ ਕਿਸ ਤਰੀਕੇ ਨਾਲ ਕਰਨੀ ਚਾਹੀਦੀ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਜੀ ਇਹਦੇ ਵਿੱਚ ਕਹਿਣੇ ਵੀ ਹੁਣ ਇਮਰਾਨ ਖਾਨ ਨੂੰ ਚਾਹੀਦਾ ਹੈ ਵੀ ਨੈਕਸਟ ਇਲੈਕਸ਼ਨ ਵਿੱਚ ਜਿਹੜੇ ਲੋਕ ਇਹਦੇ ਨਾਲ ਪੁਰਾਣੇ ਕੜੇ ਨੇ ਔਰ ਇਹਨੂੰ ਜਿਨ੍ਹਾਂ ਨੂੰ ਸਮਝਦਾ ਹੈ ਈਮਾਨਦਾਰ ਨੇ ਔਰ ਇਹ ਤਜਰਬਾ ਕਰਨ ਇਹਨਾਂ ਨੂੰ ਅੱਗੇ ਲਾਵੇ ਜਿਹੜੇ ਇਲੈਕਟ੍ਰੀਬਲ ਲੋਕ ਨੇ ਜਿਵੇਂ ਸਾਡੇ ਇਲਾਕੇ 'ਚ ਇੱਕ ਦੋ ਤਿੰਨ ਘਰ ਫਿਰਦੇ ਨੇ ਵੱਜੇ ਅਸੀਂ ਤਰੀਕੇ ਇਨਸਾਫ 'ਚ ਰਲਣਾ ਹੈ ਤੇ ਇਹਨਾਂ ਤੋਂ ਅਵਾਇਡ ਕਰੇ ਤੇ ਉਹ ਬੰਦੇ ਲੈਵੇ ਜਿਹਨਾਂ ਦੇ ਨਾਲ ਚੱਲਦੇ ਪਏ ਨੇ 10 15 ਸਾਲ ਤੋਂ ਹੋ ਰਹੇ ਨੇ ਨਾਲ ਦਿਲੋਂ ਮੁਕਤਸ ਨੇ ਇਹਦੇ ਨਾਲ ਔਰ ਮੁਲਕੇ ਪਾਕਿਸਤਾਨ ਨਾਲ ਉਹਨਾਂ ਅੱਗੇ ਲੈਵੇ ਕਿ ਇਨਸ਼ਾ ਅੱਲਾ ਫਿਰ ਇਮਰਾਨ ਦੀ ਕਾਮਯਾਬੀ ਅਗਰ ਇਲੈਕਟ੍ਰੀਬਲ ਲੈ ਆਇਆ ਦੁਬਾਰਾ ਅੱਗੇ ਤਰ੍ਹਾਂ ਫਿਰ ਉਹ ਫਿਰ ਲੋਟੇ 40 40 20 20 ਦੀ ਰੋਲ ਲੈ ਕੇ ਵਿਗ ਜਾਣਗੇ ਇਹਨੂੰ ਫਿਰ ਨੁਕਸਾਨ ਹੋਵੇਗਾ ਸਰ ਇੱਕ ਹੋਰ ਸਵਾਲ ਹੈ ਕਿ ਕੁਝ ਯੰਗ ਜਨਰੇਸ਼ਨ ਜਿਹੜੀ ਹੈ ਉਹ ਇਮਰਾਨ ਖਾਨ ਨੂੰ ਬੜਾ ਸਪੋਰਟ ਕਰ ਰਹੀ ਹੈ ਕਿਸੇ ਜਗ੍ਹਾ ਤੇ ਵੇਖਿਆ ਗਿਆ ਹੈ ਕਿ ਉਹ ਬੜੇ ਮੋਸਤਲ ਹੁੰਦੇ ਨੂੰ ਤੁਸੀਂ ਇਹ ਜਿਹੜੀ ਯੂਥ ਹੈ ਨੂੰ ਕੀ ਸਬਕ ਦੇਣਾ ਚਾਹੋਗੇ ਮੇਰਾ ਜੀ ਇਹਨਾਂ ਨੂੰ ਇਹ ਪੈਗਾਮ ਹੈ ਯੂਥ ਨੂੰ ਬੇ ਤਮਲ ਮਜ਼ਾਈ ਤੋਂ ਕੰਮ ਲੈਣ ਕਿਸੇ ਨੂੰ ਬੁਰਾ ਨਹੀਂ ਕਹਿਣਾ ਚਾਹੀਦਾ ਇੱਕ ਕਹਾਵਤ ਹੈ ਨਾ ਵੀ ਕਿਸੇ ਦੇ ਸੱਚੇ ਖੁਦਾ ਨੂੰ ਵੀ ਤੁਸੀਂ ਝੂਠਾ ਕੋ ਤੁਹਾਡੇ ਕਿਸੇ ਦੇ ਝੂਠੇ ਖੁਦਾ ਨੂੰ ਤੁਸੀਂ ਸੱਚਾ ਕੋ ਝੂਠਾ ਕੋ ਉਹ ਤੁਹਾਡੇ ਸੱਚ ਨੂੰ ਝੂਠਾ ਇਸ ਵਾਸਤੇ ਕਿਸ ਨੂੰ ਬੁਰਾ ਨਹੀਂ ਅਗਣਾ ਚਾਹੀਦਾ ਸੱਚ ਵਿੱਚ ਤੁਸੀਂ ਪਤਾ ਹੈ ਤੁਸੀਂ ਇਨਰਾਂ ਨੂੰ ਸਪੋਰਟ ਕਰਦੇ ਪਏ ਤੂੰ ਕਰੋ ਤੇ ਮੁਖਾਲਫ ਨੂੰ ਬੁਰਾ ਬੁਰੇ ਲਫਜ਼ ਨਾ ਆਖੋ ਉਹ ਨਹੀਂ ਚੰਗਾ ਲੱਗਦਾ ਬੰਦਾ ਆਪਦੇ ਆਪ ਦੇ ਦੂਸਰਾ ਲੀਡਰ ਦੀ ਤਾਰੀਫ ਕਰੋ ਉਹਦੇ ਚੰਗੇ ਕੰਮ ਗਿਣਵਾਓ ਤੌਰ ਬਲਕੇ ਉਹਨਾਂ ਦੇ ਉਹਦੇ ਜਿਹੜੇ ਬੁਰੇ ਕੰਮ ਨੇ ਉਹਨਾਂ ਦੀ تنਕੀਦ ਕਰੋ ਤੇ ਲੋਕਾਂ ਦੇ ਤਨਕੀਦ ਕਰੋ ਕਰੋ ਤਮੀਜ਼ ਦੇ ਦੇਰੇ ਚ ਐਵੇਂ ਬਿਲਾ ਵਜਾ ਤਨਕੀਦ ਕਰਨਾ ਅੱਛਾ ਨਹੀਂ ਹੁੰਦਾ ਬਹੁਤ ਸ਼ੁਕਰੀਆ ਸਰ ਸਰ ਆਖਰੀ ਕੋਈ ਪੈਗਾਮ ਜਿਹੜਾ ਤੁਸੀਂ ਸਾਡੇ ਮੁਲਕ ਵਾਸਤੇ ਜਾਂ ਪੀਟੀਏ ਦੇ ਜਿਹੜੇ ਆਲਾ ਹੁਕਮਰਾਨ ਨੇ ਆਲਾ ਕਿਆਦਤ ਹੈ ਉਹਨਾਂ ਨੂੰ ਕੀ ਕੋਈ ਆਖਰੀ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੋ ਮੇਰਾ ਮੈਸੇਜ ਹੈ ਜੀ ਪੀਟੀਏ ਦੇ ਵਰਕਰ ਨੂੰ ਔਰ ਜਿਹੜੇ ਉਹਦੇਦਾਰ ਨੇ ਵੀ ਇਹ ਦਿਲ ਜਮੀਨ ਨਾਲ ਤੇ ਇਮਾਨਦਾਰ ਨਾਲ ਕੰਮ ਕਰਨ ਇਮਰਾਨ ਖਾਨ ਦਾ ਸਾਥ ਦੇਣ ਤੇ ਗਰੀਬ ਆਦਮੀ ਨਾਲ ਪਿਆਰ ਕਰਨਾ ਤੇ ਮੁਲਕੇ ਪਾਕਿਸਤਾਨ ਦੇ ਭਲਾਈ ਵਾਸਤੇ ਕੰਮ ਕਰਨਾ ਨਾਲ ਦੂਸਰਾ ਕੀ ਲਫ਼ਜ਼ ਮੈਂ ਕਹਾਂ ਇਮਰਾਨ ਖਾਨ ਨੂੰ ਇੰਜ ਸਪੋਰਟ ਕਰਨ ਜਿਵੇਂ ਇਹ ਇਹਨੇ ਪਾਕਿਸਤਾਨ ਇਕੱਲੇ ਇਮਰਾਨ ਦਾ ਨਹੀਂ ਸਾਡਾ ਵੀ ਪਾਕਿਸਤਾਨ ਬਹੁਤ ਸ਼ੁਕਰੀਆ ਸਰ ਸਾਤੂ ਜੀ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ ਤੇ ਬਹੁਤ ਹੀ ਅੱਛੀਆਂ ਗੱਲਾਂ ਸਾਡੇ ਜਿਹੜੇ ਨਾਜ਼ਰੀਨ ਉਹਨਾਂ ਨਾਲ ਸ਼ੇਅਰ ਕੀਤੀਆਂ ਇਸ ਦੇ ਨਾਲ ਹੀ ਆਪਣੇ ਵੀਰ ਵੀਰਾਂ ਨੂੰ ਦਿਓ ਇਜਾਜ਼ਤ ਮਿਲਾਂਗੇ ਕਿਸੇ ਨਵੀਂ ਇੰਪੋਰਟੈਂਟ ਸ਼ਖਸੀਅਤ ਦੇ ਨਾਲ ਨਵੇਂ ਸਬਕ ਦੇ ਨਾਲ ਨਵੀਂ ਕਹਾਣੀ ਦੇ ਨਾਲ ਤਬ ਤੱਕ ਲਈ ਅੱਲਾ ਨਿਗ੍ਹਿबान ਪਾਕਿਸਤਾਨ ਜ਼ਿੰਦਾਬਾਦ